സമൂഹ ജംസിദി 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 സാരി സന്നോ സ്വാഗത ਕਰਦੇ ਆਂ ਆਪ ਦੀ ਆਪ ਬਾਰੇ ਸੜੀ ਸ਼ੁਰੂ ਕਰਨ ਲੱਗੇ ਆਂ ਹਾਂ ਜੀ ਆਪਣਾ ਸਭ ਤੋਂ ਪਹਿਲਾਂ ਜਗੂਰ ਪੜ੍ਹਦੇ ਆਂ ਜੀ ਸਾਮ ਜਗੂਰ ਭਜਨ 140 ਦੀ 1 ਤੋਂ 6 ਅੱਜ ਸਾਡੇ ਨਾਲ ਸਾਡੇ ਭਰਾ ਪੀਟਰ ਮੱਟੂ ਸਾਹਿਬ ਆਏ ਆ ਜੀ ਇਹ ਪੜ੍ਹਨ ਲਈ ਇਹਨਾਂ ਦਾ ਸਵਾਗਤ ਕਰਦੇ ਆਂ ਇਹਨਾਂ ਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਮੁਲਾਕਾਤ ਕਰਕੇ ਔਰ ਸਭ ਤੋਂ ਬਿਹਤਰ ਇਹ ਹੈ ਕਿ ਤੁਸੀਂ ਸਾਨੂੰ ਇੱਥੇ ਸਮਾਂ ਦਿੱਤਾ ਆਪਣੇ ਨਾਲ ਸਮੇਂ ਬਿਤਾਉਣ ਦਾ ਖੁਦਾ ਦਾ ਧੰਨਵਾਦ ਕਰਦੇ ਹਾਂ ਮੈਂ ਕਲੀਸੀਆ ਦਾ ਵੀ ਅਤੇ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ ਔਰ ਖੁਦਾ ਉਸ ਤੋਂ ਸਭ ਤੋਂ ਜ਼ਿਆਦਾ ਖੁਦਾ ਦਾ ਜਿਹਨੇ ਮੈਨੂੰ ਸਮਾਂ ਦਿੱਤਾ ਮੈਂ ਤੁਹਾਡੇ ਵਿੱਚ ਬੈਠ ਕੇ ਅਤੇ ਗੱਲਬਾਤ ਕਰ ਸਕੀਏ ਹੁਣ ਅਸੀਂ ਆਪਣੇ 146 ਜ਼ਬੂਰ ਨੂੰ ਪਹਿਲੀ ਐਤ ਤੋਂ 6 ਐਤ ਤੱਕ ਦੇਖਾਂਗੇ ਹਾਲੇਲੂਇਆ ਇਹ ਮੇਰੀ ਜਾਨ ਯਹੋਵਾ ਦੀ ਉਸਤਤ ਕਰ ਮੈਂ ਜੀਵਨ ਭਰ ਯਹੋਵਾ ਦੀ ਉਸਤਤ ਕਰਾਂਗਾ ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ਰ ਦਾ ਭਜਨ ਗਾਵਾਂਗਾ ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ ਨਾ ਆਦਮ ਵੰਸ਼ ਉੱਤੇ ਜਿਹਦੇ ਕੋਲ ਬਚਾਅ ਹੈ ਨਹੀਂ ਉਹਦਾ ਸਾਹ ਨਿਕਲ ਜਾਵੇਗਾ ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ ਉਸੇ ਦਿਨ ਉਹਦੇ ਫਰੋਜ਼ਨ ਨਾਸ ਹੋ ਜਾਂਦੇ ਹਨ ਧੰਨ ਉਹ ਹੈ ਜਿਹਦਾ ਸਹਾਇਕ ਯਕੂਬ ਦਾ ਪਰਮੇਸ਼ੁਰ ਹੈ ਜਿਹਦੀ ਆਸਾ ਯਹੋਵਾ ਆਪਣਾ ਪਰਮੇਸ਼ੁਰ ਉੱਤੇ ਹੈ ਉਹਨੇ ਆਕਾਸ਼ ਅਤੇ ਧਰਤੀ ਨੂੰ ਸਮੁੰਦਰ ਨੂੰ ਅਤੇ ਜੋ ਕੁਝ ਉਸ ਚਾਹੇ ਬਣਾਇਆ ਉਹ ਵਫ਼ਾਦਾਰੀ ਦੀ ਸਦਾ ਤੀਕ ਪਾਲਣਾ ਕਰਦਾ ਹੈ ਪਰਮੇਸ਼ੁਰ ਦਾ ਵਚਨ ਪੜ੍ਹੇ ਸੁਣੇ ਜਾਣ ਵਿੱਚ ਆਸ਼ੀਸ਼ ਪਰਮੇਸ਼ੁਰ ਪਿਤਾ ਆਪਦਾ ਸ਼ੁਕਰ ਕਰਦੇ ਹਾਂ ਹਰ ਸਮੇਂ ਹਰ ਘੜੀ ਆਪਦੀ ਵਫ਼ਾਦਾਰੀ ਦੇ ਲਈ ਆਪਦਾ ਵਚਨ ਕਹਿੰਦਾ ਜਿਸ ਤਰ੍ਹਾਂ ਹੁਣੇ ਪੜਿਆ ਕਿਸੇ ਇਨਸਾਨ 'ਤੇ ਨਾ ਭਰੋਸਾ ਰੱਖੋ ਆਪਦੇ ਭਰੋਸਾ ਰੱਖੀਏ ਸਾਨੂੰ ਪਰਮੇਸ਼ੁਰ ਪਿਤਾ ਆਪਦੇ ਇਸ ਵਚਨ ਦੇ ਲਈ ਆਪ ਸ਼ੁਕਰ ਕਰਦੇ ਹਾਂ ਔਰ ਅਸੀਂ ਆਪ 'ਤੇ ਭਰੋਸਾ ਰੱਖਦੇ ਹਾਂ ਆਪਣਾ ਸਾਰਾ ਕੁਛ ਆਪ ਦੇ ਹਵਾਲੇ ਕਰਦੇ ਹਾਂ ਸਭ ਕੁਛ ਆਪਦੀ ਇੱਛਾ ਮੁਤਾਬਕ ਹੋਵੇ ਪਰਮੇਸ਼ੁਰ ਪਿਤਾ ਇਸ ਸਮੇਂ ਦੇ ਲਈ ਆਪਦਾ ਸ਼ੁਕਰ ਕਰਦੇ ਹਾਂ ਜੋ ਸਮਾਂ ਆਪਣੇ ਨਿਯੁਕਤ ਕੀਤਾ ਤਾਂ ਕਿ ਅਸੀਂ ਆਪਦੇ ਵਚਨ ਨੂੰ ਪੜ੍ਹ ਸਕੀਏ ਸੁਣ ਸਕੀਏ ਸਮਝ ਸਕੀਏ ਆਪਦੇ ਵਚਨ ਵਿੱਚੋਂ ਸਿੱਖ ਸਕੀਏ ਇਸ ਬਾਈਬਲ ਸਟੱਡੀ ਨੂੰ ਆਪਦੇ ਹੱਥਾਂ ਵਿੱਚ ਦਿੰਦੇ ਹਾਂ ਪਰਮੇਸ਼ੁਰ ਪਿਤਾ ਜੋ ਕੁਛ ਵੀ ਬੋਲਿਆ ਜਾਵੇ ਪੜ੍ਹਿਆ ਜਾਵੇ ਸੁਣਿਆ ਜਾਵੇ ਸਮਝਿਆ ਜਾਵੇ ਉਹ ਕੇਵਲ ਅਤੇ ਕੇਵਲ ਆਪ ਵੱਲੋਂ ਹੋਵੇ ਪਵਿੱਤਰ ਆਤਮਾ ਜੀ ਸਾਨੂੰ ਗਾਈਡ ਕਰੋ ਲੀਡ ਕਰੋ ਔਰ ਇਹ ਸਾਰੀ ਬਾਈਬਲ ਸਟੱਡੀ ਆਪਦੇ ਹੱਥਾਂ ਵਿੱਚ ਦਿੰਦੇ ਹਾਂ ਔਰ ਆਪ ਜੀ ਦੇ ਦਾਸ ਬਦਲ ਇਕਬਾਲ ਜੀ ਨੂੰ ਇਹਨਾਂ ਹੱਥਾਂ ਵਿੱਚ ਦਿੰਦੇ ਹਾਂ ਔਰ ਇਹਨਾਂ ਦੀ ਜ਼ਿੰਦਗੀ ਦੇ ਲਈ ਆਪਦਾ ਸ਼ੁਕਰ ਕਰਦੇ ਹਾਂ ਔਰ ਜੋ ਕੁਛ ਵੀ ਪਰਮੇਸ਼ੁਰ ਪਿਤਾ ਮੰਗਦੇ ਹਾਂ ਆਪ ਦੇ ਕਰੋ ਅਤੇ ਪੁੱਤਰ ਸਾਡੀ ਮੁਕਤੀ ਦਾਤਾ ਯਿਸੂ ਦੇ ਨਾਮ ਵਿੱਚ ਆਮੀਨ ਜੈ ਮਸੀਹ ਦੀ ਸੋ ਆਪਾਂ ਪ੍ਰਕਾਸ਼ ਦੀ ਪੋਥੀ ਹਾਂਜੀ ਦ ਬੁੱਕ ਆਫ ਰੈਵਲੇਸ਼ਨ ਹਾਂਜੀ ਯੋਹਨਾ ਅਰਬ ਦਾ ਮਕਾਸ਼ਵਾ ਉਹਦਾ 16 ਪਾਰਟ ਹਾਂਜੀ ਮਤਲਬ 16 ਬਾਬ ਜਿਹੜਾ ਹੈਗਾ ਹਾਂ 16 ਉਹ ਅਸੀਂ ਚੈਪਟਰ ਉਹ ਆਲਮੋਸਟ ਕੀ ਬਲਕਿ ਖਤਮ ਕਰ ਚੁੱਕੇ ਹਾਂ ਅਤੇ ਹੁਣ ਅੱਜ 17 ਚੈਪਟਰ ਹਾਂਜੀ ਦੀਆਂ ਪਹਿਲੀ 2 ਆਇਤਾਂ ਅਸੀਂ ਪੜ੍ਹਾਂਗੇ ਕਿਉਂਕਿ ਇਹਨਾਂ ਦਾ ਆਪਸ ਵਿੱਚ ਥੋੜ੍ਹਾ ਜਿਹਾ ਕਨੈਕਸ਼ਨ ਬਣਦਾ ਜੀ ਹਾਂਜੀ ਉਹਨਾਂ 7 ਦੂਤਾਂ ਵਿੱਚੋਂ ਜਿਹਨਾਂ ਕੋਲ 7 ਕਟੋਰੇ ਸਨ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਭਈ ਉਰੇ ਆ ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ ਜਿਹਦੇ ਨਾਲ ਧਰਤੀ ਦੇ ਰਾਜੇ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋਏ ਹਾਲੇਲੂਇਆ ਇਹ 17 ਪਾਰਟ ਵਿੱਚ ਹਾਂਜੀ ਇਹ ਜੋ ਜ਼ਿਕਰ ਹੈ ਅਸੀਂ 2 ਵਰਸਿਸ ਵਿੱਚ ਪੜ੍ਹਿਆ ਹੈ ਹਾਂਜੀ ਇਹ ਅਗਰ ਪ੍ਰਕਾਸ਼ ਦੀ ਪੋਥੀ ਜਿਹੜਾ ਆਪਾਂ ਸਟੱਡੀ ਕਰ ਚੁੱਕੇ ਹਾਂ ਉਹਦੇ 14:8 ਦੇ ਵਿੱਚ ਅਤੇ ਪ੍ਰਕਾਸ਼ ਦੀ ਪੋਥੀ 16:19 ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਬਾਬਲ ਦਾ ਸ਼ਹਿਰ ਜਿਹੜਾ ਹੈ ਉਹ ਡੇਗਣ ਜਾਣਾ ਵਾਲਾ ਹੈ ਯਾਨੀ ਤਬਾਹ ਹੋਣ ਵਾਲਾ ਹੈ ਇਹਨੂੰ ਅਗਰ ਤੁਸੀਂ ਦੇਖ ਲਓ ਪੜ੍ਹ ਲਓ ਥੋੜ੍ਹਾ ਜਿਹਾ ਉਹਦੇ 'ਤੇ ਜ਼ਿਕਰ ਆਇਆ ਦਾ ਹੈ ਨਹੀਂ 16:19 ਕਰ ਦਿਓ 16:8 ਕਰ ਲਓ ਜੀ ਹਾਂਜੀ ਉਹਦੇ ਪਿੱਛੋਂ ਦੂਜਾ ਇੱਕ ਦੂਤ ਹੋਰ ਦੂਤ ਇਹ ਕਹਿੰਦਾ ਆਇਆ ਭਈ ਢਹਿ ਪਈ ਬਾਬਲ ਉਹ ਵੱਡੀ ਨਗਰੀ ਢਹਿ ਪਈ ਜਿਹਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਂ ਸਭਨਾ ਕੌਮਾਂ ਨੂੰ ਪਿਆਈ ਹੈ ਆਮੇਨ ਠੀਕ ਹੈ ਜੀ ਸੋ ਹੁਣ ਜਿਹੜਾ ਇਹ ਜਿਹੜਾ ਪ੍ਰਕਾਸ਼ ਦੀ ਪੋਥੀ 17 ਅਤੇ 18 ਦੇ ਵਿੱਚ
ਡਿੱਗੇ ਇਹਨੂੰ ਜਿਹੜਾ ਜਦੋਂ ਇਹ ਡਿੱਗੇਗਾ ਉਹਦੀ ਡਿਟੇਲਸ ਇਹਦੇ ਵਿੱਚ ਆਪਾਂ ਪੜ੍ਹਾਂਗੇ ਠੀਕ ਹੈ ਯਾਨੀ ਇਹਦੇ ਵਿੱਚ ਉਹ ਵਿਖਾਇਆ ਗਿਆ ਕਿ ਕਿੰਝ ਸ਼ਹਿਰ ਦੀ ਤਬਾਹੀ ਹੋਈ ਥੋੜ੍ਹੀ ਜਿਹੀ ਜਾਣਕਾਰੀ ਇਹ ਜਿਹੜਾ ਬਾਬਲ ਹੈਗਾ ਹੈ ਨਾ ਇਹਦੇ ਮੁਤਲਿਕ ਅਗਰ ਥੋੜ੍ਹਾ ਜਿਹਾ ਅਸੀਂ ਆਪ ਜਾਣਕਾਰੀ ਲੈ ਲਈਏ ਉਹ ਸਾਡੇ ਲਈ ਬਿਹਤਰ ਹੋਏਗਾ ਮਜ਼ੀਦ ਅੱਗੇ ਸਮਝਣ ਲਈ ਕਿ ਬਾਈਬਲ ਦੇ ਵਿੱਚ ਇਹ ਬਾਬਲ ਦਾ ਜਿਹੜਾ ਜ਼ਿਕਰ ਹੈ ਉਹ 287 ਦਫ਼ਾ ਆਇਆ ਠੀਕ ਹੈ ਅਤੇ ਇਹ ਯਰੂਸ਼ਲਮ ਦਾ ਤਾਂ ਬਹੁਤ ਹੀ ਆਇਆ ਅਤੇ ਯਰੂਸ਼ਲਮ ਤੋਂ ਬਾਅਦ ਜਿਹੜਾ ਪਹਿਲਾ ਵੱਡਾ ਸ਼ਹਿਰ ਦਾ ਜ਼ਿਕਰ ਜਿਹੜਾ ਨਾ ਉਹ ਇਸੇ ਦਾ ਹੀ ਹੈ ਬਾਬਲ ਦਾ ਹਾਂਜੀ ਇਹ ਬਹੁਤ ਵੱਡੇ ਗੱਲ ਹੈ ਕਿਉਂਕਿ ਇਹਦਾ ਜੈਨਸਿਸ ਵਿੱਚ ਵੀ ਜ਼ਿਕਰ ਹੈ ਬਾਬਲ ਨਗਰੀ ਦਾ ਕਿਉਂਕਿ ਮਨੁੱਖ ਨੇ ਪਰਮੇਸ਼ਰ ਦੀ ਜਿਹੜੀ ਯੋਜਨਾ ਸੀ ਧਰਤੀ ਦੇ ਉੱਤੇ ਫੈਲ ਜਾਣ ਦੀ ਔਰ ਵਧਣ ਫੁੱਲਣ ਦੀ ਉਹਦੇ ਮੁਤਾਬਕ ਨਹੀਂ ਮਨੁੱਖ ਆਪਣੀ ਯੋਜਨਾ ਦੇ ਅਨੁਸਾਰ ਕੰਮ ਕਰਨ ਲੱਗਾ ਅਤੇ ਇੱਕ ਵੱਡੇ ਬਾਬਲ ਦੀ ਜਗ੍ਹਾ 'ਤੇ ਇੱਕ ਵੱਡੀ ਇਮਾਰਤ ਖੜ੍ਹੀ ਕਰ ਦਿੱਤੀ ਜਿੱਥੇ ਮਤਲਬ ਉਹਨਾਂ ਨੇ ਸੋਚਿਆ ਕਿ ਅਸੀਂ ਇਹਦੀ ਟੀ ਸੀ ਪਰਮੇਸ਼ਰ ਤੱਕ ਪਹੁੰਚਾ ਦਈਏ ਅਸਮਾਨ ਤੱਕ ਲੇਕਿਨ ਖੁਦਾ ਨੇ ਉਹਨਾਂ ਦੀ ਭਾਸ਼ਾ ਵਿੱਚ ਗੜਬੜੀ ਪਾਈ ਅਤੇ ਉੱਥੋਂ ਲੋਕ ਫੈਲੇ ਇਹਦਾ ਜ਼ਿਕਰ ਬਹੁਤ ਪੁਰਾਣਾ ਬਾਈਬਲ ਦੇ ਵਿੱਚ ਮਿਲਦਾ ਸਾਨੂੰ ਜਗ੍ਹਾ ਜਗ੍ਹਾ ਮਿਲਦਾ ਇਹਨਾਂ ਦੀ ਗੱਲ ਤੋਂ ਗਾਂਹ ਤੋੜ ਦਿੰਦੇ ਹਾਂ ਆਪਾਂ ਦੇ ਇਹ ਬਾਬਲ ਦਾ ਮਤਲਬ ਹੈ ਇਰਾਕ ਸਦਾਮ ਹੁਸੈਨ ਨਹੀਂ ਪਰ ਉਹਦੇ ਇਰਦ ਗਿਰਦ ਦਾ ਯਾਨੀ ਦੁਨੀਆ ਦੀ ਸ਼ੁਰੂਆਤ ਇੱਥੋਂ ਹੀ ਹੋਈ ਠੀਕ ਹੈ ਹਾਂ ਅਤੇ ਇਹ ਜਿਹੜਾ ਦਰਿਆਏ ਫਰਾਤ ਦੇ ਕਿਨਾਰੇ ਉੱਤੇ ਹੈ ਨਾ ਠੀਕ ਹੈ ਅਤੇ ਇਹ ਜ਼ਿਕਰ ਕਰ ਰਹੇ ਸਨ ਕਿ ਉਤਪਤੀ ਦਾ ਬੁੱਕ ਆਫ ਜੈਨਸਿਸ ਉਹਦੀ 11 ਦੀ ਇੱਕ 11 ਪਾਰਟ ਉਹਦੀ 1-10 ਵਿੱਚ ਹੈ ਇਹ ਸਾਨੂੰ ਦੱਸਦੀ ਹੈ ਕਿ ਨੂਹ ਦੇ ਤੂਫਾਨ ਤੋਂ ਬਾਅਦ ਇੱਥੇ ਜਿਹੜਾ ਹੈ ਇਸ ਸ਼ਹਿਰ ਵਿੱਚ ਬੜੀ ਖੁਦਾ ਦੀ ਮੁਖਾਲਫਤ ਹੋਈ ਹੈ ਠੀਕ ਹੈ ਵਿਰੋਧ ਹੋਇਆ ਅਤੇ ਉਹ ਨਾ ਸਿਰਫ ਇਹ ਅੱਗੇ ਅੱਗੇ ਅਸੀਂ ਚੱਲਦਿਆਂ ਵੇਖਦੇ ਹਾਂ ਕਿ ਇਹ ਕਰਪਸ਼ਨ ਜਾਂ ਇਹ ਯਹੂਦਾ ਜਿਹੜਾ ਹੈ ਨਾ ਉਹਨੂੰ ਵੀ ਇਹਨਾਂ ਨੇ ਫਤਿਹ ਕੀਤਾ ਥੋੜ੍ਹਾ ਜਿਹਾ ਹੁਣ ਅੱਛਾ ਕੀਤਾ ਇਹਨਾਂ ਨੇ ਜ਼ਿਕਰ ਕੀਤਾ ਸੋ ਉਹ ਵੀ ਜਿਹੜਾ ਸੀ ਨਾ ਪਾਪ ਦਾ ਗੜ੍ਹ ਬਣ ਗਿਆ ਸ਼ੈਤਾਨੀਅਤ ਜਾਂ ਪਾਪ ਦਾ ਗੜ੍ਹ ਬਣ ਗਿਆ ਜਿੱਥੇ ਜ਼ੁਲਮ ਅਤੇ ਜਿਹੜੇ ਪਰਮੇਸ਼ਵਰ ਕੋਲ ਡਰਨ ਵਾਲੇ ਸਨ ਹਰ ਦੌਰ ਵਿੱਚ ਪਰਮੇਸ਼ਵਰ ਨੇ ਆਪਣੇ ਬੰਦੇ ਰੱਖੇ ਹੁੰਦੇ ਨੇ ਉਹਨਾਂ ਦੀ ਮੁਖਾਲਫਤ ਕਰਨੀ ਅਤੇ ਹਰ ਕਿਸਮ ਦਾ ਗੁਨਾਹ ਜਿਹੜਾ ਸੀ ਉਹ ਇੱਥੇ ਪਾਇਆ ਜਾਂਦਾ ਸੀ ਜਿਹਦੇ ਵਿੱਚ ਤੁਸੀਂ ਕਹਿ ਲਓ ਮੂਰਤੀ ਪੂਜਾ ਬੁੱਤ ਪ੍ਰਸਤੀ ਅਤੇ ਖੁਦਾ ਦੇ ਖਿਲਾਫ ਜਿਹੜਾ ਕੁਫਰ ਬਕਣਾ ਜਿਹੜਾ ਨਾ ਉਹ ਇਹਦੇ ਸ਼ਾਮਿਲ ਸੀ ਐਕਚੁਲੀ ਇਹ ਇੰਝ ਹੋਇਆ ਕਿ ਨੂਹ ਦਾ ਇੱਕ ਜਿਹੜਾ ਨਮਰੂਦ ਦਾ ਜ਼ਿਕਰ ਠੀਕ ਹੈ ਬਾਈਬਲ ਵਿੱਚ ਨਮਰੂਦ ਦਾ ਜਿਹੜਾ ਜ਼ਿਕਰ ਹੈ ਨਾ ਉਹਦੇ ਵਿੱਚ ਅਸੀਂ ਅੱਜ ਕਾਫੀ ਕੁਛ ਦੇਖਾਂਗੇ ਸੋ ਯਹੂਨਾ ਦੇ ਦੌਰ ਦੇ ਵਿੱਚ ਵੈਸੇ ਤਾਂ ਰੋਮ ਦੇ ਵਿੱਚ ਵੀ ਮਸੀਹਾਂ ਉੱਤੇ ਬੜੇ ਜ਼ੁਲਮ ਪਹਿਲੀ ਸਦੀ ਦੇ ਵਿੱਚ ਹੀ ਰੋਮ ਦਾ ਜਿਹੜਾ ਬਾਦਸ਼ਾਹ ਸੀ ਉਹਨੇ ਬਹੁਤ ਸਾਰੇ ਮਸੀਹਾਂ ਨੂੰ ਕਤਲ ਕਰਵਾਇਆ ਔਰ ਬੁਰੀ ਤਰ੍ਹਾਂ ਦੇ ਨਾਲ ਬੱਚਿਆਂ ਤੱਕ ਕਤਲ ਕਰਵਾਇਆ ਲੇਕਿਨ ਬਹੁਤ ਸਾਰੇ ਲੋਕਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਹ ਇਤਿਹਾਸ ਦੱਸਦਾ ਸੋ ਇਹ ਜਿਹੜਾ ਨੀਰੋ ਬਾਦਸ਼ਾਹ ਦੀ ਗੱਲ ਕਰ ਰਹੇ ਨੇ ਇਹ ਰੋਮਨ ਅੰਪਾਇਰ ਸੀ ਇੱਕ ਠੀਕ ਹੈ ਇਹ ਬਿਲਕੁਲ ਉਸ ਦੌਰ ਦੇ ਵਿੱਚ ਵੀ ਰੋਮ ਦੇ ਵਿੱਚ ਵੀ ਮਸੀਹਾਂ ਉੱਤੇ ਇਹ ਬੜਾ ਹੋਇਆ ਲੇਕਿਨ ਐਂਟੀ ਕ੍ਰਾਈਸਟ ਜਾਂ ਯਸੂ ਦਾ ਜਿਹੜਾ ਵਿਰੋਧੀ ਹੈ ਉਹਦੇ ਦੌਰ ਵਿੱਚ ਇਹ ਮਜ਼ਹਬੀ ਜਾਂ ਰਿਲੀਜੀਅਸ ਅਤੇ ਕਮਰਸ਼ਲ ਜੋ ਵੀ ਇਹ ਸਿਸਟਮ ਹੋਏਗਾ ਉਹਦਾ ਅਸਰ ਪੂਰੀ ਦੁਨੀਆ 'ਤੇ ਹੋਏਗਾ ਇਹ ਜਿਹੜਾ ਦ ਬੁੱਕ ਆਫ ਰੈਵੋਲੂਸ਼ਨ ਪ੍ਰਕਾਸ਼ ਦੀ ਪੋਥੀ 17:1-2 ਦੇ ਵਿੱਚ ਇੱਕ ਕਸਬੀ ਆ ਜਿਹਨੂੰ ਤੁਸੀਂ ਪੜ੍ਹਿਆ ਕੰਜਰੀ ਜਾਂ ਪ੍ਰੋਸਟੀਟਿਊਟ ਹੈ ਦਾ ਇੰਝ ਹੁੰਦਾ ਕਿ ਉਹ 7 ਫਰਿਸ਼ਤੇ ਜਿਹੜੇ ਆਪਾਂ 16 ਪਾਰਟ ਤੱਕ ਵੇਖਿਆ ਸੀ ਕਿ ਜਿਹਨਾਂ ਕੋਲੋਂ ਪਿਆਲੇ ਚੁੱਕੇ ਦੇ ਨੇ
ਪਰਮੇਸ਼ਵਰ ਦੇ ਕ੍ਰੋਧ ਕ੍ਰੋਧ ਦੇ ਕਟੋਰੇ, ਉਹਨਾਂ ਵਿੱਚੋਂ ਇੱਕ ਦੂਤ ਨੇ ਯੂਹੰਨਾ ਨੂੰ ਆਵਾਜ਼ ਮਾਰੀ, ਉਹ ਇੱਧਰ ਆ ਜਾ, ਆ ਤੈਨੂੰ ਮੈਂ ਦਿਖਾਵਾਂ ਉਸ ਕੰਜਰੀ ਆ ਉਸ ਕਸਬੀ ਆ ਉਸ ਪ੍ਰੋਸਟੀਟਿਊਟ ਦੀ ਸਜ਼ਾ ਦੇ ਬਾਰੇ 'ਚ। ਅਤੇ ਉਹਨੂੰ ਅੰਗਰੇਜ਼ੀ 'ਚ ਹਾਰਲਟ ਕਹਿੰਦੇ ਨੇ, ਹੈਂਜੀ। ਅੱਛਾ, ਬਾਈਬਲ ਦੇ ਵਿੱਚ ਜਿਹੜਾ ਫਿਰ ਬਾਬਲ ਜਿਹੜਾ ਇਹ ਮਜ਼ਹਬੀ ਇਹਦਾ ਜਿਹੜਾ ਨਾ ਇਹਦੇ ਹਾਲਾਤ ਦੇ ਬਾਰੇ 'ਚ ਕੁਝ ਵਰਸਿਸ ਹੁਣ ਨੋਟ ਕਰ ਲਈਏ, ਹੈ ਨਾ। ਹਾਂ, ਉਹ ਇਹ ਦੱਸਦੀਆਂ ਨੇ ਬਾਬਲ ਦੇ ਮੁਤਾਲਿਕ, ਵਾਕਈ ਇਹ ਬੜਾ ਜ਼ਬਰਦਸਤ ਹੈ, ਅੱਡਾ ਸ਼ੈਤਾਨ ਦਾ ਜੀ। ਹਿਸਕੀਐਲ 8 ਦੀ 14 ਅਤੇ 15 ਅਤੇ ਯਰਮੀਆਂ 7 ਦੀ 18 ਅਤੇ ਯਰਮੀਆਂ 44 ਯਾਨੀ 44 ਦੀ 17 ਤੋਂ 19 ਅਤੇ ਫਿਰ 25 ਤੋਂ 27। ਮੇਰਾ ਖਿਆਲ ਹੈ ਯਰਮੀਆਂ ਦੇ ਵਿੱਚ ਕੁਝ ਪੜ੍ਹ ਦਿਓ ਤਾਂ ਕਿ ਇਹ ਕਾਫੀ ਸਾਰਾ ਕਵਰ। ਯਰਮਾਇਆ ਉਹਦੀ 44 17 ਤੋਂ 19 ਦੋ ਤਿੰਨ ਆਇਤਾਂ, 17 18 19 ਉਹਦੇ ਬਾਅਦ 25 26 ਅਤੇ 27। ਅੱਛਾ, ਇਹ ਜਿਹੜਾ ਨਾ, ਹਾਂਜੀ, ਇਹ ਬਾਬਲ ਦੇ ਜਿਹੜੇ ਰਿਲੀਜੀਅਸ ਹਾਲਾਤ ਨੂੰ ਬਿਆਨ ਕਰਦੇ, 44 ਦੀ 17 ਤੋਂ 19 17 ਤੋਂ 19 ਫਿਰ 25 ਤੋਂ 27 ਪਰ ਅਸੀਂ ਜ਼ਰੂਰ ਉਹ ਸਾਰਾ ਬਚਨ ਜਿਹੜਾ ਸਾਡੇ ਮੂੰਹੋਂ ਨਿਕਲਿਆ ਹੈ ਪੂਰਾ ਕਰਾਂਗੇ। ਅਸੀਂ ਆਕਾਸ਼ ਦੀ ਰਾਣੀ ਲਈ ਧੂਪ ਦਿਖਾਵਾਂਗੇ ਅਤੇ ਪੀਣ ਦੀਆਂ ਭੇਟਾਂ ਉਹਦੇ ਲਈ ਡੋਲਾਂਗੇ, ਜਿਵੇਂ ਅਸਾਂ ਆਪ ਸਾਡੇ ਪਿਓ ਦਾਦਿਆਂ ਨੇ, ਸਾਡੇ ਪਾਤਸ਼ਾਹ ਨੇ, ਸਾਡੇ ਸਰਦਾਰਾਂ ਨੇ ਯਹੂਦਾ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤਾ ਸੀ। ਤਦ ਅਸੀਂ ਲੋਕੀ ਨਾਲ ਰਜਾਏ ਜਾਂਦੇ ਸਾਂ ਅਤੇ ਅਸੀਂ ਚੰਗੇ ਸਾਂ ਅਤੇ ਕੋਈ ਬੁਰਿਆਈ ਨਹੀਂ ਵੇਖਦੇ ਸਾਂ। ਜਦ ਤੋਂ ਅਸਾਂ ਆਕਾਸ਼ ਦੀ ਰਾਣੀ ਲਈ ਧੂਪ ਦਿਖਾਉਣੀ ਅਤੇ ਪੀਣ ਦੀਆਂ ਭੇਟਾਂ ਡੋਲਣੀਆਂ ਛੱਡੀਆਂ ਹਨ, ਸਾਨੂੰ ਸਾਰੀਆਂ ਚੀਜ਼ਾਂ ਦੀ ਥੋੜੋਂ ਹੈ, ਸਾਡਾ ਤਲਵਾਰ ਅਤੇ ਕਾਲ ਨਾਲ ਅੰਤ ਹੋ ਗਿਆ। ਜਦ ਅਸੀਂ ਆਕਾਸ਼ ਦੀ ਰਾਣੀ ਲਈ ਧੂਪ ਦਿਖਾਉਂਦੇ ਅਤੇ ਪੀਣ ਦੀਆਂ ਭੇਟਾਂ ਡੋਲਦੀਆਂ ਸਾਂ ਤਾਂ ਕਿ ਅਸੀਂ ਆਪਣੇ ਮਨੁੱਖਾਂ ਦੇ ਬਿਨਾਂ ਉਹਦੀਆਂ ਟਿੱਕੀਆਂ ਦੇ ਬੁੱਤ ਬਣਾਉਂਦੀਆਂ ਅਤੇ ਪੀਣ ਦੀਆਂ ਭੇਟਾਂ ਡੋਲਦੀਆਂ ਸਾਂ। ਹਾਂਜੀ ਜੀ, ਅਜਾ ਪੂਰੇ ਹੋ ਗਏ 25 ਤੋਂ 27 ਆਪਣੀਆਂ ਸੁੱਖਣਾ ਜ਼ਰੂਰ ਪੂਰੀਆਂ ਕਰਾਂਗੇ ਜਿਹੜੀਆਂ ਅਸਾਂ ਸੁੱਖੀਆਂ ਹਨ, ਕਿ ਅਸੀਂ ਆਕਾਸ਼ ਦੀ ਰਾਣੀ ਲਈ ਧੂਪ ਦਿਖਾਵਾਂਗੇ ਅਤੇ ਉਹਦੇ ਲਈ ਪੀਣ ਦੀਆਂ ਭੇਟਾਂ ਡੋਲਾਂਗੇ। ਤੁਸੀਂ ਆਪਣੀਆਂ ਸੁੱਖਣਾ ਨੂੰ ਜ਼ਰੂਰ ਕਾਇਮ ਕਰੋ ਅਤੇ ਆਪਣੀਆਂ ਸੁੱਖਣਾ ਜ਼ਰੂਰ ਪੂਰੀਆਂ ਕਰੋ। ਇਸ ਲਈ ਇਹ ਸਾਰੇ ਯਹੂਦਾ ਯਹੋਵਾ ਦਾ ਬਚਨ ਸੁਣੋ ਜਿਹੜੇ ਮਿਸਰ ਦੇਸ਼ ਵਿੱਚ ਵੱਸਦੇ ਹੋ। ਯਹੋਵਾ ਆਖਦਾ ਹੈ, ਮੈਂ ਆਪਣੇ ਵੱਡੇ ਨੇਮ ਦੀ ਸਹੁੰ ਖਾਧੀ ਹੈ ਕਿ ਮੇਰਾ ਨਾਮ ਫਿਰ ਯਹੂਦਾ ਦੇ ਕਿਸੇ ਮਨੁੱਖ ਦੇ ਮੂੰਹੋਂ ਨਾ ਲਿਆ ਜਾਵੇਗਾ ਜਿਹੜਾ ਮਿਸਰ ਦੇ ਸਾਰੇ ਦੇਸ਼ ਵਿੱਚ ਆਖੇ ਪ੍ਰਭੂ ਯਹੋਵਾ ਦੇ ਜੀਵਨ ਦੀ ਸਹੁੰ। ਵੇਖੋ, ਮੈਂ ਉਹਨਾਂ ਉੱਤੇ ਬੁਰਿਆਈ ਲਈ ਭਲਿਆਈ ਨਹੀਂ ਲਈ ਨਹੀਂ ਤਾੜ ਵਿੱਚ ਹਾਂ ਕਿ ਯਹੂਦਾ ਦੇ ਸਾਰੇ ਮਨੁੱਖ ਜਿਹੜੇ ਮਿਸਰ ਦੇਸ਼ ਵਿੱਚ ਹਨ ਤਲਵਾਰ ਅਤੇ ਕਾਲ ਨਾਲ ਮੁਕਾਏ ਜਾਣ ਜਦ ਤੀਕ ਉਹਨਾਂ ਦਾ ਅੰਤ ਨਾ ਹੋ ਜਾਵੇ। ਕਿਉਂਕਿ ਇਹਨਾਂ ਨੇ ਯਹੂਦਾ ਨੂੰ ਵੀ ਇਹ ਗੜ੍ਹ ਬਣਾ ਦਿੱਤਾ ਸੀ ਸ਼ੈਤਾਨੀ, ਸੋ ਇਸ ਲਈ ਅਸੀਂ ਬਿਆਨ ਦੇ। ਲੇਕਿਨ ਇਹ ਜਿਹੜੀ ਕ੍ਰਿਸਚੈਨਿਟੀ ਮਸੀਹਤ ਆਉਣ ਤੋਂ ਬਹੁਤ ਪਹਿਲੇ ਇਹ ਬਾਬਲ ਜਿਹੜਾ ਨਾ, ਇਹ ਜਿਹੜਾ ਇਹਨਾਂ ਦਾ ਰਿਲੀਜੀਅਸ ਸਿਸਟਮ ਹੈ ਜਾਂ ਕੀ ਕਹਿੰਦੇ ਨੇ ਧਰਮ ਦਾ ਸਿਸਟਮ ਜਿਹੜਾ ਸੀ ਨਾ, ਉਹ ਬੜਾ ਸਾਹਮਣੇ ਆਇਆ ਅਤੇ ਇਤਿਹਾਸ ਇਹ ਦੱਸਦਾ ਹੈ ਜਾਂ ਹਿਸਟਰੀ ਇਹ ਦੱਸਦੀ ਹੈ ਕਿ ਨਮਰੂਦ 'ਤੇ ਥੋੜ੍ਹਾ ਜਿਹਾ ਚਲੇ ਜਾਈਏ, ਹੈਂ ਨਮਰੂਦ, ਹੈਂਜੀ। ਇਹ ਬਾਬਲ ਦੀ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਸੋ ਨਾ, ਬਹੁਤ ਅੱਛਾ, ਇਹ ਬੁਨਿਆਦ ਰੱਖਣ ਵਾਲੀ
ਇਹ ਇਸ ਸ਼ਰਾਰਤ ਦੀ ਇਹ ਨਮਰੂਦ ਦੀ ਬੀਵੀ ਹੈਗੀ ਹੈ ਉਹਦੀ ਕੀ ਕਹਿ ਲਓ ਮਿਸਿਸ ਨਮਰੂਦ ਨਮਰੂਦ ਹਾਂ ਇਹ 11 ਚੈਪਟਰ ਵਿੱਚ ਨਾ ਉਹ ਜਿਹਨੇ ਬਾਬਲ ਦਾ ਬੁਰਜ ਵੀ ਨਾਲ ਬਣਾਇਆ ਹੈ ਨਾ ਜਿਹਦੀ ਖੁਦਾ ਨੇ ਅਦਾਲਤ ਵੀ ਕੀਤੀ ਸੋ ਇਹ ਨਮਰੂਦ ਦੀ ਬੀਵੀ ਜਿਹੜੀ ਸੀ ਉਹਨੇ ਇਹਦੀ ਸ਼ੁਰੂਆਤ ਕੀਤੀ ਲਿਖੀ ਇਹ ਜਿਹੜਾ ਸੀ ਨਾ ਨਮਰੂਦ ਇਹ ਨੂੰਹ ਦਾ ਪੋਤਾ ਸੀਗਾ ਯਾਨੀ ਗ੍ਰੇਟ ਗ੍ਰੈਂਡ ਸਨ ਠੀਕ ਹੈ ਅੱਛਾ ਉਹਦੀ ਬੀਵੀ ਦਾ ਨਾਂ ਜਿਹੜਾ ਨਾ ਉਹ ਸਿਮਰਾਮਸ ਐਸ ਈ ਐਮ ਡਬਲ ਐਮ ਐਸ ਈ ਇਸ ਐਸ ਈ ਐਮ ਆਈ ਆਰ ਐਸ ਈ ਐਮ ਆਈ ਆਰ ਏ ਐਮ ਆਈ ਐਸ ਠੀਕ ਹੈ ਸਿਮਰਾਮਸ ਸੀ ਉਹ ਬੁੱਤ ਪ੍ਰਸਤੀ ਦੀ ਕਹਿ ਲਓ ਕਿ ਹਾਈ ਪ੍ਰੀਸਟ ਸੀਗੀ ਯਾਨੀ ਜਿਸ ਤਰ੍ਹਾਂ ਜਾਜਕ ਹੁੰਦੇ ਨੇ ਨਾ ਹਾਂਜੀ ਇਹ ਇਹਨੂੰ ਉਹ ਇੱਕ ਦੱਸਿਆ ਗਿਆ ਠੀਕ ਹੈ ਅਤੇ ਅਸਲ ਵਿੱਚ ਹੋਇਆ ਇਹ ਸੀ ਕਿ ਉਹਦਾ ਇੱਕ ਪੁੱਤਰ ਪੈਦਾ ਹੋ ਗਿਆ ਅਤੇ ਉਹ ਕਹਿੰਦੀ ਸੀ ਇੱਕ ਮੌਜਜ਼ਾ ਹੋ ਗਿਆ ਯਾਨੀ ਉਸ ਲੜਕੇ ਦਾ ਨਾਮ ਵੀ ਇਹ ਥੋੜ੍ਹਾ ਜਿਹਾ ਸਾਨੂੰ ਆਸਾਨੀ ਹੋਏਗੀ ਕਿ ਹਿਸਟਰੀ ਸਮਝ ਦੀ ਤਾਮੂਜ ਸੀਗਾ ਉਸ ਲੜਕੇ ਦਾ TADMMUZ ਅਤੇ ਉਹਨੂੰ ਨਾ ਮੁਕਤੀਦਾਤਾ ਜਿਹੜਾ ਸੀ ਨਾ ਉਹ ਸਮਝਿਆ ਜਾਣ ਲੱਗ ਪਿਆ ਉਹਦੀ ਕਾਰਨ ਇਹ ਸੀ ਕਿ ਉਹਨੂੰ ਨਾ ਜੰਗਲੀ ਜਾਨਵਰਾਂ ਨੇ ਕਿਉਂਕਿ ਹਿਸਟਰੀ 'ਚ ਆ ਰਹੇ ਹਾਂ ਅਤੇ ਥੋੜ੍ਹਾ ਜਿਹਾ ਉਹ ਮਾਰ ਦਿੱਤਾ ਲੇਕਿਨ ਉਹ ਫਿਰ ਜਿੰਦਾ ਹੋ ਗਿਆ ਠੀਕ ਹੈ ਬਚ ਗਿਆ ਅਤੇ ਇਹ ਜਿਹੜੇ ਕਨਾਨੀ ਲੋਕ ਨੇ ਨਾ ਇਹ ਉਹਨੂੰ ਤਾਮੂਜ਼ ਨੂੰ ਬਾਲ ਲਫ਼ਜ਼ ਸੁਣਿਆ ਹੈ ਬਾਲ ਕਹਿੰਦੇ ਸਨ ਜਿਹੜਾ ਪਾਣੀਆਂ ਉੱਤੇ ਵੇ ਠੀਕ ਹੈ ਯਾਨੀ ਉਹ ਕੌਮਾਂ ਉੱਤੇ ਹਾਕਮ ਹੈਗਾ ਯਰਮੀਆਂ ਫਿਰ ਦੇਖ ਲਈਏ ਯਰਮੀਆਂ ਉਹਦੀ 51 ਦੀ 13 ਜਰਮਾਇਆ ਚੈਪਟਰ 51 ਵਰਸ 13 ਅਤੇ ਰੈਵੋਲੇਸ਼ਨ 17 ਦੀ 15 ਯਾਨੀ ਪ੍ਰਕਾਸ਼ ਦੀ ਪੋਥੀ 17 ਦੀ 15 ਦੇ ਵਿੱਚ ਦਾ ਜ਼ਿਕਰ ਸੋ ਇਹ ਕੰਮ ਉੱਥੋਂ ਸ਼ੁਰੂ ਹੋਇਆ ਸੀ ਨਮਰੂਦ ਇੱਕ ਸ਼ਿਕਾਰੀ ਸੀ ਸ਼ਿਕਾਰੀ ਕਰਦਾ ਸੀ ਇਹ ਬੰਦਿਆਂ ਦਾ ਸ਼ਿਕਾਰੀ ਸੀ ਇਹਨੇ ਸਾਰਿਆਂ ਨੂੰ ਇਸ ਪਾਸੇ ਲਾਇਆ ਜੀ 51 ਦੀ 31 13 ਸੋਰੀ 51 ਦੀ 13 ਬਹੁਤਿਆਂ ਖਜ਼ਾਨਿਆਂ ਵਾਲੀਏ ਤੂੰ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਵਸਦੀ ਹੈ ਤੇਰਾ ਅੰਤ ਆ ਗਿਆ ਤੇਰੀ ਮਾਰ ਦਾੜ ਦਾ ਹਾੜਾ ਭਰ ਗਿਆ ਸੈਨਾ ਦੇ ਯਹੋਵਾ ਨੇ ਆਪਣੀ ਜਾਨ ਦੀ ਸਹੁੰ ਖਾਧੀ ਹੈ ਮੈਂ ਜ਼ਰੂਰ ਤੈਨੂੰ ਆਦਮੀਆਂ ਨਾਲ ਸਲਾਹ ਵਾਂਗੂ ਭਰ ਦਿਆਂਗਾ ਉਹ ਤੇਰੇ ਉੱਤੇ ਫਤਿਹ ਦਾ ਨਾਰਾ ਮਾਰਨਗੇ ਉਸਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਅਤੇ ਆਪਣੀ ਸਮਝ ਨਾਲ ਆਕਾਸ਼ ਨੂੰ ਤਾਣਿਆ ਜਦ ਉਹ ਆਪਣੀ ਆਵਾਜ਼ ਚੁੱਕਦਾ ਤਾਂ ਆਕਾਸ਼ ਵਿੱਚ ਪਾਣੀਆਂ ਦਾ ਰੌਲਾ ਹੁੰਦਾ ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ ਉਹ ਮੀਂਹ ਲਈ ਬਿਜਲੀ ਬਣਾਉਂਦਾ ਹੈ ਉਹ ਆਪਣੇ ਖਜ਼ਾਨਿਆਂ ਤੋਂ ਹਵਾ ਵਗਾਉਂਦਾ ਸੋ ਦੂਜੀ ਪ੍ਰਕਾਸ਼ ਦੀ ਪੋਥੀ 17 ਦੀ 15 ਵੀ ਪੜ੍ਹ ਛੱਡੋ ਕਿਉਂਕਿ ਹੁਣ ਇਹ ਅਸੀਂ ਦੇਖ ਰਹੇ ਹਾਂ ਕਿ ਉਹ ਕੰਜਰੀ ਆ ਉਹ ਕਸਬੀ ਆ ਹਾਰਲੇਟ ਇਹ ਉਹਦੇ ਨਜ਼ਦੀਕ ਆ ਰਿਹਾ ਕਿਹਨੂੰ ਰਿਲੇਟ ਕੀਤਾ ਗਿਆ ਠੀਕ ਹੈ ਨਾ ਹਾਂਜੀ 17 ਦੀ 15 ਵਿੱਚ ਲਿਖਿਆ ਜੀ ਅਤੇ ਉਹਨੇ ਮੈਨੂੰ ਆਖਿਆ ਜਿਹੜੇ ਪਾਣੀ ਤੈਂ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੈ ਉਹ ਉਮਤਾਂ ਅਤੇ ਮਹਾਨ ਅਤੇ ਕੌਮਾਂ ਅਤੇ ਭਾਖਿਆਂ ਹਨ ਮਤਲਬ ਇਹ ਕਿ ਖਾਲੀ ਇੱਕ ਨਹੀਂ ਇੱਥੇ ਇਹਨਾਂ ਸਾਰਿਆਂ ਨੂੰ ਹਾਂਜੀ ਪੂਰਾ ਮੁਲਕ ਇਹਦੇ ਵਿੱਚ ਸ਼ਾਮਿਲ ਹੈ ਜਿਹਦੇ ਵਿੱਚ ਕਈ ਭਾਖਿਆਂ ਦੇ ਲੋਕ ਵੱਸਦੇ ਨੇ ਅਤੇ ਟ੍ਰਿਬੂਲੇਸ਼ਨ ਨਹੀਂ ਜਿਹੜਾ ਮੁਸੀਬਤਾਂ ਦਾ ਦੌਰ ਹੈਗਾ ਇਹਦੇ ਵਿੱਚ ਇਹ ਔਰਤ ਜਿਹੜੀ ਹੈ ਝੂਠੇ ਰਿਲੀਜਨ ਦੀ ਇੱਕ ਤਸਵੀਰ ਪੇਸ਼ ਕਰਨੀ ਹੈਗੀ ਹੈ ਸੋ ਆਪਾਂ ਦੇਖ ਲਾਂਗੇ ਇਹਦੇ ਵਿੱਚ ਮਜ਼ੀਦ ਕਿ ਜਿਹੜੀ ਦੁਨੀਆ ਉੱਤੇ ਡੋਮੀਨੇਟ ਕੀ ਕਹਿੰਦੇ ਨੇ ਯਾਨੀ ਹੋਰ ਮਜ਼ਾਇਬ ਨਾਲੋਂ ਇਹ ਜਿਹੜਾ ਮਜ਼ਹਬ ਹੈ ਹੋਰ ਤੇਜ਼ੀ ਨਾਲ ਵਧੇਗਾ ਹੈ ਨਾ ਮਤਲਬ ਹਾਵੀ ਹੋਏ ਹਾਂ ਲਫ਼ਜ਼ ਠੀਕ ਹੈ ਲੇਕਿਨ ਪ੍ਰਭੂ ਦਾ ਵਚਨ ਦੱਸ ਰਿਹਾ ਹੁਣ ਇਹਦਾ ਦੂਤ ਕਹਿ ਰਿਹਾ ਹੁਣ ਇਹਦਾ ਟਾਈਮ ਆ ਗਿਆ
ਆ ਰਿਹਾ ਬਸ ਬਿਲਕੁਲ ਨੇੜੇ ਆ ਰਿਹਾ ਸੋ ਬਾਬ ਬਾਬਲ ਦੀ ਜਿਹੜੀ ਬੈਬੀਲੋਨ ਬਾਬਲ ਹਾਂ ਬੈਬੀਲੋਨ ਔਰ ਪੂਰਾ ਮੁਲਕ ਪੂਰਾ ਅਸੀਰੀਆ ਉਹਦੇ ਵਿੱਚ ਆਉਂਦਾ ਹਾਂਜੀ ਪੂਰਾ ਪੂਰਾ ਏਰੀਆ ਸੋ ਇਹ ਜਿਹੜਾ ਬੈਬੀਲੋਨ ਬਾਬਲ ਦਾ ਜਿਹੜਾ ਰਿਲੀਜੀਅਸ ਸਿਸਟਮ ਜਿਹੜਾ ਨਾ ਉਹ ਬਹੁਤ ਹਾਕਮਾਂ ਅਤੇ ਲੋਕਾਂ ਨੂੰ ਮਤਵਾਲਾ ਕਰ ਦੇਗਾ ਜਿਸ ਤਰ੍ਹਾਂ ਬੰਦਾ ਸ਼ਰਾਬ ਪੀ ਸ਼ਰਾਬੀ ਹੋ ਜਾਂਦਾ ਨਸ਼ੇੜੀ ਜਿੱਦਾਂ ਹਾਂਜੀ ਯਾਨੀ ਉਹ ਹੀ ਚੀਜ਼ਾਂ ਜਿਹੜੀਆਂ ਨੇ ਉਹਨਾਂ 'ਚ ਟ੍ਰਾਂਸਫਰ ਹੋ ਜਾਣਗੀਆਂ ਠੀਕ ਹੈ ਬਾਈਬਲ ਦੇ ਵਿੱਚ ਜਿਹੜੀ ਅਡਲਟਰੀ ਹੈ ਜਾਂ ਹਰਾਮਕਾਰੀ ਹੈ ਹਾਂਜੀ ਠੀਕ ਹੈ ਉਹ ਬੁੱਤ ਪ੍ਰਸਤੀ ਨੂੰ ਵੀ ਕਿਹਾ ਹਰਾਮਕਾਰੀ ਠੀਕ ਹੈ ਮਿਸਾਲ ਦੇ ਤੌਰ 'ਤੇ ਕਿ ਬਗਾਵਤ ਕਰਨੀ ਉਹ ਸਾਊਲ ਨੇ ਕਰ ਦਿੱਤੀ ਸੀ ਨਾ ਚਲੋ ਦੇਖ ਲਓ ਪਹਿਲਾ ਸੈਮੂ ਉਹਦੀ 15 ਦੀ 23 ਦੇ ਵਿੱਚ ਕਿ ਕਿਸ ਤਰੀਕੇ ਨਾਲ ਲਾਲਚ ਵੀ ਇਹਦੇ 'ਚ ਆ ਜਾਂਦੀ ਹੈ ਹੈ ਨਾ ਇਹਦੇ ਵਿੱਚ ਬਗਾਵਤ ਕਰ ਦੇਣੀ ਹੈ ਨਾ ਪਰਮੇਸ਼ਵਰ ਦੇ ਖਿਲਾਫ ਜੋ ਕਹਿੰਦਾ ਜੀ ਜੀ ਪਹਿਲਾ ਸੈਮੂ 15 ਦੀ 23 ਫਸਟ ਕਿਉਂ ਜੋ ਬਗਾਵਤ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ ਅਤੇ ਖਚਰਾਉ ਅਤੇ ਬਦੀ ਅਤੇ ਮੂਰਤੀ ਪੂਜਾ ਇੱਕੋ ਜਿਹੀ ਹੈ ਸੋ ਜਿਹਾ ਤੈਂ ਯਹੋਵਾ ਦੇ ਬਚਨ ਨੂੰ ਰੱਦਿਆ ਹੈ ਤਿਆ ਹੀ ਉਸਨੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦਿਆ ਹੈ ਅਸਲ ਵਿੱਚ ਜ਼ਿੰਦਾ ਸੱਚੇ ਰੱਬ ਪਰਮੇਸ਼ਵਰ ਦੀ ਜਗ੍ਹਾ ਇਹ ਸਾਰੀਆਂ ਚੀਜ਼ਾਂ ਨੇ ਲੈ ਅਤੇ ਤੁਹਾਨੂੰ ਪਤਾ ਹੈ ਸਾਡਾ ਪਰਮੇਸ਼ਵਰ ਅਣਕ ਅਣਖ ਖੁਦਾ ਜਿਹੜਾ ਅਣਖੀ ਹੈ ਅਣਖੀ ਹੈ ਅਣਖੀ ਜੈਲਸ ਵਾਲੀ ਉਹ ਕਿੱਥੇ ਚਾਹੁੰਦਾ ਬਈ ਕੋਈ ਇਹ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇਹਦੇ 'ਚ ਹੈ ਸੋ ਬਹੁਤ ਸਾਰੇ ਨਬੀਆਂ ਨੇ ਇਹ ਬਹੁਤ ਪਹਿਲੇ ਇਹ ਇਹਨਾਂ ਦੀ ਅਦਾਲਤ ਦੇ ਬਾਰੇ 'ਚ ਵੀ ਭਵਿੱਖਬਾਣੀਆਂ ਕਰ ਰਹੀਆਂ ਸਨ ਠੀਕ ਹੈ ਉਹ ਦੇਖ ਲਓ ਅਗਰ ਬੜੀ ਡਿਟੇਲ 'ਚ ਨੋਟ ਕਰ ਲਓ ਯਸਾਇਆ 13 ਪਾਰਟ ਹੋ ਗਿਆ 14 ਹੋ ਗਿਆ ਅਤੇ 47 ਦੇ ਵਿੱਚ ਜਦੋਂ ਅਸੀਂ ਪੜ੍ਹਨੇ ਹਾਂ ਤਾਂ ਇਹ ਸਾਰੀਆਂ ਭਵਿੱਖਬਾਣੀਆਂ ਨੇ ਫਿਰ ਯਰਮੀਆਂ 50 ਅਤੇ 51 ਇਹ ਤਾਂ ਪੂਰਾ ਚੈਪਟਰ ਪੜ੍ਹੋ ਤਾਂ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦਾ ਹਸ਼ਰ ਨਸ਼ਰ ਕੀ ਹੋਣਾ ਅੱਛਾ ਹੁਣ ਇਹ ਜਿਹੜੀ ਹਰਾਮਕਾਰੀ ਹੈ ਨਾ ਇਹ ਫਿਜ਼ੀਕਲੀ ਨਹੀਂ ਹੈ ਕਿ ਜਿਸ ਤਰ੍ਹਾਂ ਕਿਸੇ ਨਾਲ ਕੋਈ ਜ਼ਨਾ ਇਹ ਰੂਹਾਨੀ ਹੋਸ਼ੀਆ ਦੇ ਵਿੱਚ ਆਪਾਂ ਦੇਖ ਸਕਦੇ ਹਾਂ 23 ਨਹੀਂ ਹੋਸ਼ੀਆ 9 ਦੀ 1 ਵੇਖ ਲਓ ਅਤੇ ਕੁਝ ਹਵਾਲੇ ਹੋਰ ਲਿਖ ਲਓ ਯਰਮੀਆ ਜਰਮਾਇਆ 3 ਦੀ 6 ਹਿਸਕੀਏਲ 23 ਦੀ 19 ਅਤੇ ਪਹਿਲਾ ਕ੍ਰੋਨੀਕਲ ਜਾਂ ਪਹਿਲਾ ਇਤਿਹਾਸ ਉਹਦੀ 5 ਦੀ 25 ਅਤੇ ਪ੍ਰਕਾਸ਼ ਦੀ ਪੋਥੀ ਉਹਦੀ 14 ਦੀ 8 ਠੀਕ ਹੈ ਇਹ ਇਹ ਦੱਸਦੀਆਂ ਨੇ 9 ਦੀ ਹੇ ਇਸਰਾਇਲ ਆਨੰਦ ਨਾ ਹੋ ਉਹ ਤਾਂ ਉਹਨੂੰ ਖੁਸ਼ੀ ਨਾ ਮਨਾ ਤੈਂ ਆਪਣੇ ਪਰਮੇਸ਼ਰ ਛੱਡ ਕੇ ਜਨਾਹ ਕੀਤਾ ਅੰਨ ਦੇ ਹਰ ਇੱਕ ਪੇੜ ਉੱਤੇ ਤੈਂ ਆਪਣੀ ਖਰਚੀ ਨੂੰ ਪਿਆਰ ਕੀਤਾ ਹੈ ਪੇੜ ਅਤੇ ਚੁਬੱਚਾ ਉਹਨਾਂ ਨੂੰ ਨਾ ਪਾਲੇਗਾ ਅਤੇ ਨਵੀਂ ਮੈਂ ਉਸ ਤੋਂ ਥੁੜ ਜਾਵੇਗੀ ਉਹ ਯਹੋਵਾ ਦੇ ਦੇਸ਼ ਵਿੱਚ ਨਾ ਵਸਣਗੇ ਪਰ ਅਫਰਾਇਮ ਮਿਸਰ ਨੂੰ ਮੁੜੇਗਾ ਅਤੇ ਉਹ ਅਸ਼ੂਰ ਵਿੱਚ ਅਸ਼ੁੱਧ ਚੀਜ਼ਾਂ ਖਾਣਗੇ ਕਿਹੜਾ ਪੜ੍ਹਿਆ ਤੁਸੀਂ 9 ਦੀ ਹੋਸ਼ਿਆ 9 ਦੀ 1 ਹਾਂ 3 ਤੱਕ ਅਤੇ ਹਾਂਜੀ ਯਰਮੀਆ 3 ਦੀ 6 ਇਹ ਸਾਰੀਆਂ ਜਿਹੜੀਆਂ ਨੇ ਨਾ ਇਹ ਇਸ ਨੂੰ ਦੱਸਦੀਆਂ ਨੇ ਕਿ ਹਰਾਮਕਾਰੀ ਕੀ ਹੈ ਫਿਰ ਉਹ ਕੌਮਾਂ ਜਿਹਨਾਂ ਨੂੰ ਇਹਨੇ ਪਾਲੂਟ ਕੀਤਾ ਜਾਂ ਉਹ ਵੀ ਇਸੇ ਚੱਕਰ 'ਚ ਲੱਗ ਗਏ ਜਿੱਥੇ ਯਹੂਦਾ 'ਚ ਵੀ ਅਸੀਂ ਪੜ੍ਹਿਆ ਖੁਦਾ ਕਹਿੰਦਾ ਹੁਣ ਮੇਰਾ ਨਾਂ ਨਹੀਂ ਤੁਹਾਡੇ 'ਚ ਰਹਿਣਾ ਤੁਸੀਂ ਇੰਝ ਕੀਤਾ ਹੋਊਗੇ ਤੋ ਅਣਕ ਰੱਖਣੇ ਨਾਲ ਪਰਮੇਸ਼ਵਰ ਹੈ ਸੋ ਇਹ ਜਿਹੜੀ ਜ਼ਿਕਰ ਹੋਇਆ ਇਸ ਵਰਸ ਵਿੱਚ ਉਹ ਹਰਾਮਕਾਰੀ ਤੇਰੇ ਨਾਲ ਉਹਨਾਂ ਕੀਤੀ ਮੀਨਸ ਕਿ ਲੋਕਾਂ ਨੂੰ ਤੁਸਾਂ ਹੀ ਇਸ ਪਾਸੇ ਪਾ ਦਿੱਤਾ ਅਸਲ ਇਸ ਬੁਰਾਈ ਵੱਲ ਲਾ ਦਿੱਤਾ ਗੁੰਮਰਾਹ ਕਰ ਸੋ ਇਹ ਦੋ ਵਰਸਿਸ ਨੇ ਜਿਹਦੇ ਵਿੱਚ ਅਤੇ ਇਹਦੇ ਵਿੱਚ ਆਪਾਂ ਗੱਲਬਾਤ ਕਰ ਸਕਦੇ ਹਾਂ ਠੀਕ ਹੈ ਕੋਈ ਸਵਾਲ ਹੋਵੇ ਇਹਦੇ 'ਚ
ਕੁਛ ਕਮੈਂਟ ਤੁਸੀਂ ਬੜੇ ਡਿਟੇਲ ਦੇ ਨਾਲ ਇਹਦੇ ਬਾਰੇ ਵਿੱਚ ਦੱਸਿਆ ਅਤੇ ਅਸੀਂ ਹੋਰ ਸਵਾਲ ਕੀ ਕਰ ਸਕਦੇ ਹਾਂ ਹਾਂਜੀ ਅਤੇ ਬੜਾ ਸ਼ੁਕਰੀਆ ਧੰਨਵਾਦ ਜਿਹੜਾ ਤੁਸੀਂ ਲੋਕਾਂ ਨੂੰ ਕਲੀਸੀਆ ਤੱਕ ਔਰ ਗੈਰ ਕਲੀਸੀਆ ਦੇ ਵਿੱਚ ਵੀ ਜਿਹੜੇ ਲੋਕ ਸੁਣਨਾ ਚਾਹੁੰਦੇ ਨੇ ਉਹਨਾਂ ਨੂੰ ਇਨ ਡਿਟੇਲ ਦੱਸਿਆ ਜੈਨਸਿਸ ਤੋਂ ਲੈ ਕੇ ਰੈਵੀਲੇਸ਼ਨ ਤੱਕ ਅਤੇ ਬਹੁਤ ਵਧੀਆ ਗੱਲ ਹੈ ਜੀ ਜੇ ਲੋਕ ਅਸਰ ਕਰਨਗੇ ਭੈਣ ਭਰਾ ਮਸੀਹ ਦੇ ਨਜ਼ਦੀਕ ਆਉਣਗੇ ਅਤੇ ਮੁਕਤੀ ਹਾਸਲ ਕਰ ਲੈਣਗੇ ਅਤੇ ਜਿਹਨਾਂ ਚੀਜ਼ਾਂ ਦੇ ਪਿੱਛੇ ਲੋਕ ਪਏ ਨੇ ਉਹ ਤਾਂ ਨਾਲ ਨਹੀਂ ਜਾਣਾ ਨਾ ਲੈ ਕੇ ਆਏ ਅਤੇ ਨਾਲ ਇਹ ਅਣਕ ਰੱਖਣਾ ਦੇਖੋ ਇਹ ਅਸੀਂ ਆਪਣੇ ਪਰਮੇਸ਼ੁਰ ਨੂੰ ਕਹਿੰਦੇ ਹਾਂ ਜੀ ਇਹ ਦਿਆਲੂ ਅਤੇ ਕਿਰਪਾਲੂ ਹੈ ਪਰ ਦੂਜੇ ਪਾਸੇ ਭਸਮ ਕਰਨੇ ਵਾਲੀ ਆ ਗਈ ਬਿਲਕੁਲ ਅਣਕ ਅਣਕੀ ਹੈ ਕੀ ਲਫ਼ਜ਼ ਹੈ ਅਣਕੀ ਬੋਲਣਾ ਵੀ ਪਤਾ ਲੱਗਦਾ ਹੈ ਯਾਨੀ ਗਯੂਰ ਉਰਦੂ 'ਚ ਲਫ਼ਜ਼ ਗਯੂਰ ਖੁਦਾ ਨੇੜੇ ਨਾ ਲੱਗੇ ਹੋਏ ਅਤੇ ਅਸੀਂ ਵੇਖਦੇ ਹਾਂ ਕਿ ਕਿਸ ਤਰੀਕੇ ਨਾਲ ਸ਼ੁਰੂ 'ਚ ਜਦੋਂ ਪਹਿਲਾ ਪਾਪ ਉਹਨੇ ਸ਼ੈਤਾਨ ਨੇ ਕੀਤਾ ਸੀ ਨਾ ਉਹਦੀ ਵੀ ਇਹਨੇ ਅਦਾਲਤ ਕਰ ਦਿੱਤੀ ਇਹ ਰੱਬ ਦੀ ਇੱਕ ਨੇਚਰ ਜਾਂ ਉਹਦੇ ਅੰਦਰ ਇੱਕ ਖੂਬੀ ਇਹ ਵੀ ਹੈ ਅਤੇ ਫਿਰ ਅਸੀਂ ਦੇਖਦੇ ਹਾਂ ਕਿ ਇਹਦੀ ਨੂੰਹ ਦੇ ਜ਼ਮਾਨੇ ਦੀ ਵਿੱਚ ਲੋਕਾਂ ਦੀ ਬਿਲਕੁਲ ਨਹੀਂ ਆਦਮ ਅਤੇ ਹਵਾ ਦੀ ਵੀ ਨਹੀਂ ਛੱਡੀ ਨੂੰਹ ਦੇ ਜ਼ਮਾਨੇ 'ਚ ਵੇਖ ਲਓ ਫਿਰ ਇਹ ਨਮਰੂਦ ਜਿਹਦਾ ਜ਼ਿਕਰ ਹੋ ਰਿਹਾ ਇਹਦੀ ਵੀ ਉਹਨੇ ਅਦਾਲਤ ਕਰ ਦਿੱਤੀ ਫਿਰ ਗਾਂ ਅਗਰ ਚੱਲਦੇ ਜਾਈਏ ਤਾਂ ਹੋਰ ਗੱਲਾਂ ਛੱਡੋ ਸਾਡੇ ਤਾਂ ਦੁਨੀਆਂ ਦੇ ਪਾਪਾਂ ਦੀ ਖਾਤਰ ਆਪਣੇ ਪੁੱਤਰ ਯਸੂ ਦੀ ਵੀ ਉਹਨੇ ਅਦਾਲਤ ਕਰ ਬਿਲਕੁਲ ਸਾਡੇ ਪਾਪਾਂ ਦੀ ਵਜ੍ਹਾ ਨਾਲ ਸਾਡੇ ਖਾਤਰ ਠੀਕ ਹੈ ਸਾਡੇ ਖਾਤਰ ਅਤੇ ਇਸ ਲਈ ਇਹ ਐਂਦਾ ਵੀ ਕਰੇਗਾ ਇਹ ਜਿਹੜੀ ਇੰਨੀ ਵੱਡੀ ਕੁਰਬਾਨੀ ਹੈ ਇਹ ਪਰਮੇਸ਼ੁਰ ਦੇ ਪਿਆਰ ਨੂੰ ਦੱਸਦੀ ਹੈ ਜੀ ਬਿਲਕੁਲ ਅਤੇ ਪਰਮੇਸ਼ੁਰ ਮਨੁੱਖ ਦੇ ਨਾਲ ਕਿੰਨਾ ਪਿਆਰ ਕਰਦਾ ਹੈ ਬਿਲਕੁਲ ਜੇ ਅਸੀਂ ਉਸ ਪਿਆਰ ਨੂੰ ਗਹਿਰਾਈ ਦੇ ਨਾਲ ਦੇਖੀਏ ਤਾਂ ਸਾਨੂੰ ਤਾਂ 24 ਘੰਟੇ ਪਰਮੇਸ਼ੁਰ ਦੇ ਅੱਗੇ ਜਿਵੇਂ ਦੂਤ ਉਹਦੇ ਤਾਰੀਫ ਕਰਦੇ ਰਹਿੰਦੇ ਨੇ ਉਦਾਂ ਕਰਨਾ ਚਾਹੀਦਾ ਬਿਲਕੁਲ ਸਾਨੂੰ ਆਪਣੇ ਨਾਲ ਉਹਨੇ ਬਿਠਾ ਦਿੱਤਾ ਹੈ ਬੜੀ ਗੱਲ ਹੈ ਯਸੂ ਮਸੀਹ ਜਿਹੜਾ ਵਿਚੋਲਾ ਇਸ ਲਈ ਬਣ ਗਿਆ ਮੈਨੂੰ ਯਾਦ ਆਉਂਦਾ ਜੀ ਇਹ ਦੇਖੋ ਤੁਸੀਂ ਕਿਹਾ ਵੀ ਨਾਲ ਉਹਨੇ ਬਿਠਾ ਦਿੱਤਾ ਅਤੇ ਅਸੀਂ ਭਰਾ ਭਰਾ ਇਸ ਦੁਨੀਆਂ ਦੇ ਵਿੱਚ ਹੈ ਅਤੇ ਭਰਾ ਇਹ ਨਹੀਂ ਚਾਹੁੰਦਾ ਕਿ ਮੇਰੀ ਪ੍ਰਾਪਰਟੀ ਦੇ ਵਿੱਚੋਂ ਕੋਈ ਦੂਸਰਾ ਭਰਾ 1 ਇੰਚ ਵੀ ਜਗ੍ਹਾ ਲੈ ਜਾਏ ਜਾਂ 10 ਰੁਪਏ ਵੀ ਫਾਲਤੂ ਲੈ ਜਾਏ ਓਏ ਹੋਏ ਯਸ਼ੂ ਨੇ ਤੇ ਆਪਣੇ ਪਾਤਸ਼ਾਹ ਵਿੱਚ ਸਾਨੂੰ ਹਿੱਸੇਦਾਰ ਬਣਾ ਲਿਆ ਆ ਜਾਓ ਹਿੱਸਾ ਲੈ ਲਓ ਸਹੀ ਸਹੀ ਉਹ ਯੂਹੰਨਾ 17 'ਚ ਨਾ ਪ੍ਰਭੂ ਯਸ਼ੂ ਮਸੀਹ ਨੇ ਬੜੀ ਲੰਮੀ ਦੁਆ ਕੀਤੀ ਅਸਲ ਵਿੱਚ ਉਹਦਾ ਇੱਕੋ ਹੀ ਸੀ ਔਰ ਉਹ ਆਇਤ ਵੇਖੋ ਅਤੇ ਉਹ ਇੱਕੋ ਹੀ ਕਹਿੰਦਾ ਕਿ 11ਵੀਂ ਆਇਤ 'ਚ ਵੇਖ ਲਓ ਹੈਂਜੀ ਅਤੇ ਹਾਂਜੀ ਮੈਂ ਅੱਗੇ ਨੂੰ ਜਗਤ ਵਿੱਚ ਨਹੀਂ ਪਰ ਇਹ ਜਗਤ ਵਿੱਚ ਹਨ ਮੈਂ ਤੇਰੇ ਕੋਲ ਆਉਂਦਾ ਹਾਂ ਹੇ ਪਵਿੱਤਰ ਪਿਤਾ ਆਪਣੇ ਹੀ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਉਹਨਾਂ ਦੀ ਰੱਖਿਆ ਕਰ ਇਸ ਲਈ ਜੋ ਉਹ ਸਾਡੇ ਵਾਂਗਰ ਇੱਕ ਹੋਣ ਇੱਕ ਹੋਣ ਇੱਕੀ ਆਇਤ ਵੇਖ ਲਓ ਪੜਿਆ ਇਹ ਦੁਆ ਕਰ ਰਿਹਾ ਮੇਰਾ ਖਿਆਲ ਹੈ ਯਸੂ ਦੁਆ ਤੇ ਉਹਨੇ ਕੀਤੀ ਹੈ ਜੋ ਉਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸੱਤ ਮੰਨੇ ਪਈ ਤੈਂ ਮੈਨੂੰ ਘੱਲਿਆ ਇਹ ਬਜੀ ਇਹ ਜਿਹੜਾ ਨਾ ਤੁਸੀਂ ਕਿਹਾ ਯੂਹੰਨਾ 3:16 ਕਿ ਪਰਮੇਸ਼ੁਰ ਨੇ ਕੀ ਕੀਤਾ ਜਗਤ ਨਾਲ ਸੰਤ ਯੂਹੰਨਾ 3:16 ਇਹ ਸਾਨੂੰ ਬੜੀ ਯਾਦ ਰਹਿੰਦੀ ਕਿਉਂਕਿ ਲੈਣਾ ਜੇ ਹੁੰਦਾ ਹੈ ਰੱਬ ਕੋਲੋਂ ਪਹਿਲਾਂ ਯੂਹੰਨਾ 3:16 ਇਹ ਹੀ ਤਾਂ ਪੜ੍ਹ ਦਿਓ ਅਤੇ ਥੋੜ੍ਹਾ ਜਿਹਾ ਗਾਂਹ ਵੀ ਪੜ੍ਹ ਦਿਓ ਉੱਥੇ ਦੇਣਾ ਪੈਂਦਾ ਨਾ ਅਤੇ ਉਹ ਅਸੀਂ ਚਾਹੁੰਦੇ ਨਹੀਂ ਦੇਣ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਹੈਂਜੀ ਹਾਂਜੀ ਇੱਥੇ ਤਾਂ ਵਧੀਆ ਹਾਂ ਉਹਨੇ ਘੱਲ ਦਿੱਤਾ ਘੱਲ ਅਤੇ ਦੇਖੋ ਜੀ ਉਹਦੀ 3:16 ਦੇ ਵਿੱਚ ਲਿਖਿਆ ਪਹਿਲਾਂ ਯੂਹੰਨਾ
ਇਸ ਤੋਂ ਅਸਾਂ ਪ੍ਰੇਮ ਨੂੰ ਜਾਤਾ ਭਈ ਉਹਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਤੇ ਚਾਹੀਦਾ ਹੈ ਜੋ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ ਇਹ ਕਿੱਡੀ ਸੋਹਣੀ ਗੱਲ ਆ ਪਰ ਅਸੀਂ ਅੱਗੇ ਵੀ ਥੋੜ੍ਹਾ ਜਿਹਾ ਕਿਸੇ ਭਰਾ ਦੇ ਕਹਿੰਦਾ ਭਾਰ ਜੇ ਚੁੱਕਣਾ ਤੇ ਉਂਗਲੀ ਦੇ ਨਾਲ ਵੀ ਨਹੀਂ ਚੁੱਕਦੇ ਹਾਂਜੀ ਤੇ ਅਗਲੀ ਆਇਤ ਵੀ ਦੇਖ ਲੈਂਦੇ ਜੀ ਪਰ ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਉਸ ਉੱਤੇ ਤਰਸ ਨਾ ਖਾਵੇ ਤਾਂ ਉਹਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ ਤੇ ਯਸੂ ਨੇ ਤਾਂ ਸਾਡੇ ਤੇ ਤਰਸ ਖਾਇਆ ਓਏ ਅੱਜ ਯਸੂ ਤੇ ਤਰਸ ਨਹੀਂ ਖਾਣਾ ਜਦੋਂ ਯਸੂ ਦੀ ਸੂਲੀ ਦੀ ਬਲੀ ਵੇਹਨੇ ਆ ਨਾ ਉਹ ਪਤਾ ਕੀ ਹਾਏ ਹਾਏ ਯਸੂ ਤੇ ਤਰਸ ਨਹੀਂ ਖਾਣਾ ਉਹ ਇੱਕ ਔਰਤਾਂ ਰੋਂਦੀਆਂ ਸਨ ਜਦੋਂ ਯਸੂ ਸਲੀਬ ਚੁੱਕ ਕੇ ਜਾਣ ਉਹਨੇ ਕਿਹਾ ਮਤ ਰੋ ਮੇਰੇ ਲਈ ਆਪਣੇ ਬੱਚਿਆਂ ਲਈ ਰੋ ਕਿੱਡੀ ਵਧੀਆ ਗੱਲ ਹੈ ਉਹ ਅੱਜ ਨਾ ਅਸੀਂ ਯਸੂ ਤੇ ਉਹਨੇ ਸਾਡੇ ਤੇ ਤਰਸ ਖਾਦਾ ਹਾਂ ਉਹਦੇ ਕੀ ਤਰਸ ਦਾ ਕੀ ਹੈ ਜੀ ਉਹ ਦਿਆ ਕਾਇੰਡਨੈਸ ਠੀਕ ਹੈ ਜੀ ਹਾਂਜੀ ਇੱਥੇ ਫਿਨਿਸ਼ ਕਰਦੇ ਹਾਂ ਜੀ ਹਾਂਜੀ ਹਾਲੇਲੂਯਾ ਥੈਂਕ ਯੂ ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਹਰ ਸਮੇਂ ਹਰ ਘੜੀ ਪਵਿੱਤਰ ਲਹੂ ਨਾਲ ਢੱਕਦੇ ਹਾਂ ਸੀਲ ਕਰਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ ਔਰ ਇਹ ਵਚਨ ਦੂਰ ਦੂਰ ਤੱਕ ਫੈਲੇ ਔਰ ਆਪਣਾ ਕੰਮ ਪਰਮੇਸ਼ਰ ਪਿਤਾ ਆਪਣੇ ਰਾਜ ਦੇ ਲਈ ਹੋਰ ਵੀ ਵੱਧ ਚੜ ਕੇ ਹੋਵੇ ਔਰ ਇਹ ਸਭ ਕੁਛ ਮੰਗਦੇ ਹਾਂ ਆਪਦੇ ਖਲੋਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ